ਜਦੋਂ ਆਪਣੇ ਡੇਰੇ ਵੱਲ ਨੂੰ ਵਾਪਸ ਜਾ ਰਿਹਾ ਰਸਤੇ ਵਿੱਚ ਆਉਂਦਾ ਕਿਸੇ ਗੁਰਸਿੱਖ ਨੇ ਇੱਕ ਮੰਨਣ ਕੀਤਾ ਮੱਖਣ ਸਾਹਿਬ ਬਾਕੀ ਨਿਕਲੇ ਗੁਰੂਆਂ ਦੇ ਦਰਸ਼ਨ ਕਰਨੇ ਅਤੇ ਗੁਰੂ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਪੁੱਤਰ ਨਾਮ ਉਹਨੂੰ ਪੇਕੇ ਕਮਲਾ ਵੀ ਕਿਹਾ ਜਾਂਦਾ ਤਿਆਗ ਮੰਨ ਜੇ ਉਹਦੇ ਵੀ ਦਰਸ਼ਨ ਕਰਦਾ ਕਹਿੰਦੇ ਮੱਖਣ ਸਾਹਿਬ ਵਾਲਾ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੋਰੇ ਦੇ ਵਿੱਚ ਪਹੁੰਚਿਆ ਜਾ ਕੇ ਦਰਸ਼ਨ ਕੀਤੇ ਪੰਜ ਬੋਰੇ ਰੱਖ ਕੇ ਭੇਟਾ ਕਰਕੇ ਜਦੋਂ ਨਮਸਕਾਰ ਕਰਕੇ ਮੁੜ ਲੱਗਿਆ ਤੁਰ ਲੱਗਿਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰਤੀ ਖੁੱਲੀ ਹੈ ਨੇਤਰ ਖੁੱਲੇ ਹੈ ਮੱਖਣ ਸਾਹਿਬ ਬਾਣੇ ਦਾ ਫੜਿਆ ਮੁੱਦਾ ਆਵਾਜ਼ ਦਿੱਤੀ ਕਹਿੰਦੇ ਮੱਖਣ ਸਾਹਿਬ ਕਰਕੇ ਵਾਹਦਾ 500 ਦਾ ਪੰਜ ਚੜਾ ਕੇ ਤੁਰ ਚੱਲਿਆ ਕਹਿੰਦੇ ਮੱਖਣ ਸਾਹਿਬ ਬਾਣੇ ਨੇ ਜਦੋਂ ਇਹਦੀ ਗੱਲ ਸੁਣੀ ਤੇ ਮੱਖਣ ਸਾਹਿਬ ਬਾਣਾ ਜਵਾਨਾ ਹੋਇਆ ਮਸਤਾਨਾ ਹੋਇਆ ਬੌਰਾ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਰਾਘੋ ਰੋ ਗੁਰੂ ਰਾਘੋ ਨੇ ਕਹਿ ਕੇ ਕਿਸ ਤਰ੍ਹਾਂ ਆਵਾਜ਼ਾਂ ਦਿੱਤਾ ਉਹ ਸੁਣ ਗਿਆ ਤੁਹਾਨੂੰ ਸਤਨਾਮ ਦੀ ਸੇਵਾ ਵਿੱਚ ਢਾਡੀ ਦਿੱਤਾ ਇਸ
ਔਰ ਸਤਿਗੁਰੂ ਮਹਾਰਾਜ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਤੇ ਸਾਡੀ ਹਾਜ਼ਰੀ ਇਹਨੀ ਕੋ ਪ੍ਰਵਾਨ ਕਰਿਆ ਜੀ ਉਹਨਾਂ ਭੁੱਲਾਂ ਦੀ ਕਿਰਪਾ ਆਓ ਅਗਲੇ ਪੜਾਅ ਵਾਸਤੇ ਰਵਾਨਗੀ ਬੋਲੋ ਸਤਿ ਸ੍ਰੀ ਅਕਾਲ।